ਅਸਲਾਮ ਵਾਲੇਕਮ ਦੀ ਆਇਦਾ ਕੀਤਾ ਜੀ ਵਲੌਗਸ ਟਾਟ ਤੇ ਆਪਾਂ ਨਿਕਲੇ ਆ ਬਾਹਰ ਨਾ ਤੋ ਕੇ ਰੈਡ ਸਾਈਡ ਹੋ ਕੇ ਪਫ ਸ਼ਫ ਕੱਢ ਕੇ ਤੇ ਆਪਾਂ ਚੱਲਦੇ ਆ ਇੱਕ ਗੱਡੀ ਗਰਾਜ ਖਲੋਤੀ ਹੈ ਤੇ ਮੇਰੇ ਅੱਗੇ ਆ ਗਿਆ ਕੁੱਤਾ ਕੁੱਤੇ ਨੂੰ ਮੈਂ ਖਪਰਾ ਹੋ ਜਾ ਮੈਂ ਜਾ ਰਿਹਾ ਗਰਾਜ ਵਿੱਚ ਉਹ ਕੋਪਰਾ ਹੋ ਗਿਆ ਤੇ ਮੈਂ ਜਾ ਰਿਹਾ ਸੀ ਹੁਣ ਸਿੱਧਾ ਗਰਾਜ ਵਿੱਚ ਗਰਾਜ ਚ ਜਾ ਕੇ ਗੱਡੀ ਦਾ ਤੇਲ ਪਾਣੀ ਚੈੱਕ ਕਰਦੇ ਆ ਤੇਲ ਪਾਣੀ ਚੈੱਕ ਕਰਨੇ ਤੋਂ ਬਾਅਦ ਫਿਰ ਆਪਾਂ ਡੇ ਦੇ ਖੜਦੇ ਉਹਨੂੰ ਤਵਾਣਾ ਤੇ ਸਰਵਿਸ ਕਰਵਾਣੀ ਹੈ ਪਹਿਲੇ ਕੋਟਲੇ ਜਾਣਾ ਤੇ ਉਹਦਾ ਥੋੜਾ ਜਿਹਾ ਕੰਮ ਸੈਟਿੰਗ ਹੋਣਿਆ ਦੀ ਉਹ ਕਰਵਾਣੀ ਹੈ ਤੇ ਲੋਰੀਆ ਦਾ ਇੰਜਨ ਨਾਲ ਥੋੜਾ ਜਿਹਾ ਕੱਟ ਹੋਇਆ ਸੀ ਤੇ ਉਹ ਜਿਹੜਾ ਨਾ ਕ ਪੂਰਾ ਕੀਤਾ ਜਨਰਲ ਛੱਟ ਕੇ ਵਿੱਚ ਤੇ ਉਹਨੂੰ ਪੂਰਾ ਕਰਨੇ ਤੋਂ ਬਾਅਦ ਆਪਾਂ ਕੋਟਲੇ ਆ ਗਏ ਇੱਥੇ ਮਕੈਨਿਕ ਨੂੰ ਚੈੱਕ ਕਰਵਾਣੀ ਸੀ ਥੋੜਾ ਜਿਹਾ ਮਸਲਾ ਕਰਦੀ ਸੀ ਵੀ ਤੇ ਉੱਥੇ ਚੈੱਕ ਕਰਵਾਣੇ ਤੋਂ ਬਾਅਦ ਆਪਾਂ ਚਾਚਾ ਜੀ ਆ ਗਏ ਚਾਚਾ ਯੂਸਫ ਤੇ ਕਹਿੰਦੇ ਨੇ ਮੈਨੂੰ ਭੁੱਖ ਲੱਗੀ ਤੇ ਅਸੀਂ ਕਹਾਂ ਸੀ ਤੇ ਮਸਾ ਨਾਸ਼ਤਾ ਕਰ ਗਏ ਰੱਜੇ ਪਏ ਤਾਂ ਤੁਸੀਂ ਜੋ ਕੁਝ ਖਾਣਾ ਤਾਂ ਖਾ ਲਿਓ इतने छोटा जहा रैस्टोरेंट न्यू ढाबा रैस्टोरेंट खुल्या तो मैं बैठे तो बैठे से मैं घा चबण लग पा क्योंकि रोटी तो खानी नहीं सी क्योंकि मूड नहीं सी, तो मैं का, खा खा के खा खा के तो मैं जानवर लगन है सॉरी बंदे ही हूँ मैं लेकिन गलत हो गया तो वो फिर मैं जी सर्विस स्टेशन पर आ गए जी अड्डे तो पूरे छे लै गए ग्डी इतनी सर्विस सर्विस करवाने चंकी भली क्योंकि काफ़ी गंदी हुई से काफ़ी दिनों की गड्डी तो ਐਸਵਾਸ ਕਾਫੀ ਗੰਦੀ ਸੀ ਫਿਰ ਜਿਮਾਕਾਰ ਆ ਗਿਆ ਕਾਰ ਆ ਗਿਆ ਜੁੱਤੀਆਂ ਮੈਂ ਚੇਂਜ ਕੀਤੀਆਂ ਖੇਡਣ ਵਾਲੀਆਂ ਜੁੱਤੀਆਂ ਪਾਈਆਂ ਕਿਉਂਕਿ ਦੂਸਰੀਆਂ ਨਿਕਲ ਜਾਂਦੀਆਂ ਨੇ ਤੁਹਾਨੂੰ ਪਤਾ ਤੇ ਇੱਥੇ ਨਹੀਂ ਜੁੱਤੀਆਂ ਦਾ ਤੇ ਫਿਰ ਜੀ ਆਪਾਂ ਚੱਲਦੇ ਆਂ ਗਰਾਊਂਡ ਵਿੱਚ ਗਰਾਊਂਡ 'ਚ ਚੱਲਦੇ ਆਂ ਤੇ ਉੱਥੇ ਜਾਣਗੇ ਖੇਡਣਾ ਹੋਰ ਕੋਈ ਕੰਮ ਨਹੀਂ ਹੁਣ ਅੱਜ ਦਾ ਵਲੌਗ ਸਾ ਡੈਥ ਨਹੀਂ ਹੈ ਤੇ ਮੈਂ ਪਾਫ ਸ਼ਾਪ ਖੜਕਾ ਕੇ ਜਾ ਰਿਹਾ ਆਂ ਗਰਾਊਂਡ 'ਚ ਓਕੇ ਅੱਲਾ ਹਾਫਿਜ਼ ਬਾਏ ਬਾਏ ਮਿਲਦੇ ਆਂ ਕੱਲ